ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਵੱਲੋਂ 27 ਨਵੰਬਰ ਨੂੰ ਪਿੰਡ ਬੌਂਕੜ ਗੁਜਰਾਂ ਦੀ 81 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ। ਇਸ ਜ਼ਮੀਨ ਦੇ ਉੱਤੇ ਕਾਬਜ਼ ਕਿਸਾਨਾਂ ਨੇ ਉਸ ਦਿਨ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਸੀ, ਜਿਸ ਦੇ ਚੱਲਦਿਆਂ ਭਾਰੀ ਗਿਣਤੀ ਵਿੱਚ ਹਾਜ਼ਰ ਪੁਲਿਸ ਬਲ ਨੇ ਔਰਤਾਂ ਤੇ ਮਰਦਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ 27 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ, ਜਿਨ੍ਹਾਂ ਦੀ ਕਈ ਦਿਨ ਬੀਤਣ ਤੋਂ ਬਾਅਦ ਅਜੇ ਤੱਕ ਜ਼ਮਾਨਤ ਨਾ ਹੋ ਪਾਈ ਹੈ। ਇਹਨਾਂ ਦੇ ਵਿੱਚੋਂ ਕਈ ਤਾਂ ਅਜਿਹੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕਮਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ। ਘਰ ਦੇ ਕਮਾਊ ਮੈਂਬਰ ਦੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਕਾਰਨ ਪਰਿਵਾਰਕ ਮੈਂਬਰਾਂ ਦੇ ਉੱਤੇ ਆਰਥਿਕ ਮੰਦਹਾਲੀ ਛਾ ਗਈ ਹੈ। ਅੱਜ ਪਹਿਰੇਦਾਰ ਟੀਮ ਦੇ ਵੱਲੋਂ ਅਜਿਹੇ ਹੀ ਕੁਝ ਗਰੀਬ ਪਰਿਵਾਰਾਂ ਦੇ ਘਰਾਂ ਦਾ ਦੌਰਾ ਕੀਤਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਜੇਲ੍ਹਾਂ ਦੇ ਵਿੱਚ ਬੰਦ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਉੱਥੇ ਹੀ ਸਰਕਾਰ ਤੋਂ ਖੋਈਆਂ ਜ਼ਮੀਨਾਂ ਬਦਲੇ ਮੁਆਵਜ਼ੇ ਦੀ ਗੁਹਾਰ ਵੀ ਲਗਾਈ ਗਈ ਹੈ। ਇਹਨਾਂ ਕਿਸਾਨ ਪਰਿਵਾਰਾਂ ਨੇ ਦੁਹਾਈ ਦਿੱਤੀ ਹੈ ਕਿ ਉਹ ਜਿੰਨਾ ਛੋਟੇ ਛੋਟੇ ਖੇਤਾਂ ਦੇ ਵਿੱਚ ਸਬਜ਼ੀਆਂ ਜਾਂ ਫਿਰ ਹਰਾ ਬੀਜ ਕੇ ਰੋਜ਼ਾਨਾ ਦਾ ਗੁਜ਼ਾਰਾ ਕਰਦੇ ਸਨ, ਉਹ ਵੀ ਬੰਦ ਹੋ ਗਿਆ। ਇਸ ਲਈ ਉਹਨਾਂ ਨੂੰ ਜਲਦੀ ਤੋਂ ਜਲਦੀ ਰੋਜ਼ਗਾਰ ਦਿੱਤਾ ਜਾਵੇ। ਅੱਜ ਅਸੀਂ ਪਿੰਡ ਬੌਂਕੜ ਗੁਜਰਾਂ ਵਿਖੇ ਬੈਠੇ ਹਾਂ, ਜਿੱਥੇ ਦੇ ਕਿਸਾਨਾਂ ਤੋਂ ਪਿਛਲੀ 27 ਤਰੀਕ ਲੰਘੀ 27 ਤਰੀਕ ਨੂੰ ਪ੍ਰਸ਼ਾਸਨ ਨੇ ਜਿਹੜਾ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਿੱਥੇ ਖੇਤੀ ਕਰ ਰਹੇ ਸੀ, ਪਿਛਲੇ ਕਈ ਦਹਾਕਿਆਂ ਤੋਂ ਖੇਤੀ ਕਰ ਰਹੇ ਸੀ, ਆਜ਼ਾਦੀ ਤੋਂ ਬਾਅਦ ਉਸ ਜ਼ਮੀਨ ਨੂੰ ਆਬਾਦ ਕਰਕੇ ਜਿੱਥੇ ਇਹਨਾਂ ਦੇ ਪੁਰਖਿਆਂ ਅਤੇ ਇਹ ਖੇਤੀ ਕਰ ਰਹੇ ਸੀ, ਅਤੇ ਉਸ ਜ਼ਮੀਨ ਦੇ ਵਿੱਚ ਇਹ ਆਪਣੀਆਂ ਸਬਜ਼ੀਆਂ ਔਰ ਹੋਰ ਸਮਾਨ ਜਿਹੜਾ ਬੀਜ ਕੇ ਉਹਦੇ ਨਾਲ ਗੁਜ਼ਾਰਾ ਕਰਦੇ ਸੀ। ਅਸੀਂ ਅੱਜ ਇੱਕ ਪਰਿਵਾਰ ਦੇ ਨਾਲ, ਭਜਨ ਕੌਰ ਦੇ ਪਰਿਵਾਰ ਨਾਲ ਗੱਲ ਕਰਨ ਜਾ ਰਹੇ ਹਾਂ, ਜਿਹੜਾ ਕਿ 27 ਤਰੀਕ ਨੂੰ ਜਦੋਂ ਇਸ ਜ਼ਮੀਨ ਨੂੰ ਪ੍ਰਸ਼ਾਸਨ ਨੇ ਕਬਜ਼ੇ ਦੇ ਵਿੱਚ ਲਿਆ, ਉੱਥੇ ਹੀ 27 ਬੰਦਿਆਂ ਅਤੇ 4 ਔਰਤਾਂ ਦੇ ਉੱਤੇ ਜਿਹੜੇ 751 ਅਤੇ ਹੋਰ ਤਰ੍ਹਾਂ ਤਹਿਤ ਜਿਹੜੇ ਪਰਚੇ ਦਰਜ ਕੀਤੇ ਗਏ ਸੀ, ਜਿਨ੍ਹਾਂ ਵਿੱਚੋਂ 27 ਜਿਹੜੇ ਮਰਦ ਸੀਗੇ ਉਹਨਾਂ ਨੂੰ ਲੁਧਿਆਣਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚੋਂ ਇਸੇ ਪਰਿਵਾਰ ਦੇ 4 ਮੈਂਬਰ ਨੇ ਜਿਹੜੇ ਅਤੇ 3 ਮੈਂਬਰ ਨੇ ਜਿਹੜੇ ਉਹ ਇਸੇ ਪਰਿਵਾਰ ਨਾਲ ਸੰਬੰਧਿਤ ਨੇ। ਅਤੇ ਅਸੀਂ ਭਜਨ ਕੌਰ ਜੀ ਸਾਡੇ ਨਾਲ, ਬਜ਼ੁਰਗ ਮਾਤਾ ਨੇ ਸਾਡੇ ਨਾਲ ਜੁੜੇ ਨੇ, ਬਾਕੀ ਤੁਸੀਂ ਘਰ ਦੀ ਹਾਲਤ ਦੇਖ ਹੀ ਰਹੇ ਹੋ ਵੀ ਇਸ ਘਰ ਦੇ ਵਿੱਚ ਇਸ ਪਰਿਵਾਰ ਦੇ ਜਿਹੜੇ 3 ਜਿਹੜੇ ਨੌਜਵਾਨ ਮੁੰਡੇ ਨੇ, 3 ਵਿਆਹੇ ਨੇ, ਉਹ ਰਹਿੰਦੇ ਨੇ, ਅਤੇ ਘਰ ਦੀ ਹਾਲਤ ਆ ਜਿਹੜੀ ਉਹ ਦੇਖ ਹੀ ਰਹੀ ਆ ਕਿ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬਦਤਰ ਨੇ, ਅਤੇ ਗਰੀਬੀ ਜਿਹੜੀ ਇਸ ਮਕਾਨ ਦੇ ਵਿੱਚੋਂ ਹੀ ਝਲਕਦੀ ਆ ਕਿ ਕਿਸ ਪ੍ਰਕਾਰ ਆ ਜਿਹੜਾ ਪੂਰਾ ਪਰਿਵਾਰ ਆ ਇਹ ਕਿਸ ਪ੍ਰਕਾਰ ਦੀ ਗਰੀਬੀ ਦੇ ਨਾਲ ਜੂਝ ਰਿਹਾ। ਅਤੇ ਅਸੀਂ ਇਹ ਮਾਤਾ ਜੀ ਤੋਂ ਜਾਣਦੇ ਹਾਂ ਵੀ ਕਿੰਨੀ ਕੁ ਜਿਹੜੀ ਖੇਤੀ ਇਹਨਾਂ ਦੇ ਕੋਲ ਸੀਗੀ ਅਤੇ ਉਹ ਕਿਸ ਪ੍ਰਕਾਰ ਉਹ ਤੋਂ ਗੁਜ਼ਾਰਾ ਕਰਦੀ ਸੀ। ਹਾਂਜੀ 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 ਕਿੰਨੀ ਤੁਹਾਡੇ ਕੋਲ ਜ਼ਮੀਨ ਸੀ? ਕਿੱਲਾ, 1.5 ਕਿੱਲਾ। ਤੇ ਕੀ ਕਰਦੇ ਸੀ ਉੱਥੇ ਤੁਸੀਂ? ਉੱਥੇ ਅਸੀਂ ਪਾਲਕ, ਮੇਥਰੇ ਗੜਦੇ, ਸਬਜ਼ੀਆਂ ਗੜਦੇ ਸੀ ਜੀ, ਗੁਜ਼ਾਰਾ ਕਰਦੇ ਸੀ ਸਬਜ਼ੀਆਂ ਗੱਡ ਕੇ। ਤੇ ਹੁਣ ਕਣਕ ਗੱਡੀ ਸੀ, ਕਣਕ ਹੁਣ ਵਾਹ ਦਿੱਤੀ ਗਈ, ਬਸ ਬਹੁਤ ਬਰਿਆਦੀ ਕਰ ਦਿੱਤੀ ਜੀ ਸਾਡੇ ਨਾਲ। ਕਿਹੜੀਆਂ ਸਬਜ਼ੀਆਂ ਵੇਚ ਕੇ ਵੇਚਦੇ ਸੀ ਤੁਸੀਂ ਰੋਜ਼? ਹਾਂਜੀ ਪਾਲਕ, ਮੇਥਰੇ, ਸਾਗ ਤੇ ਇਹ ਬੀਜਦੇ ਸੀ। ਕਿੱਲੇ ਦੇ ਵਿੱਚੋਂ ਕਿੰਨੇ ਜਣੇ ਗੁਜ਼ਾਰਾ ਕਰਦੇ ਸੀ ਤੁਸੀਂ? ਅਸੀਂ ਆਈਆਂ ਵਾਵਾ ਜੀ, ਫਿਰ ਸਾਰੇ ਕਰਦੇ ਸੀ, 6-7 ਜੀ ਅਸੀਂ ਗੁਜ਼ਾਰਾ ਕਰਦੇ ਸੀ। ਤੇ ਹੁਣ ਤੁਹਾਡੇ ਜਿਵੇਂ ਤੁਹਾਡੇ ਪਰਿਵਾਰਕ ਮੈਂਬਰ ਹੁਣ ਕਿੱਥੇ ਨੇ? ਹੁਣ ਸਾਰੇ ਹੀ ਫੜ ਕੇ ਲੈ ਗਏ ਨੇ। ਕਿੱਥੇ ਨੇ ਉਹ? ਜੇਲ੍ਹ ਵਿੱਚ। ਤੇ ਹੁਣ ਤੁਸੀਂ ਉਹਦੇ ਲਈ ਜ਼ਮਾਨਤ ਵਗੈਰਾ ਕੋਈ ਕਰਾਉਣ ਲਈ ਕੋਈ ਕਰ ਰਹੇ ਹੋ? ਹਾਂਜੀ ਲਾਈ ਜ਼ਮਾਨਤ, ਅਜੇ ਨਹੀਂ ਹੋਈ। ਤੇ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਗੁਜ਼ਾਰਾ ਇਵੇਂ ਹੀ, ਹੁਣ ਬਹਿ ਰਹੇ ਹਾਂ ਇੱਥੇ। ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਨੇ ਸਾਡਾ ਹੱਲ ਹੋਵੇ ਕੋਈ।
ਕੋਈ ਹੱਲ ਹੋਵੇ, ਚੱਲ ਕੋਈ ਸਾਨੂੰ ਕੋਈ ਮਿਲੀ ਜੇ ਕੋਈ ਸ਼ਹਿ ਜਾਂ ਕੋਈ। ਬੌਂਕੜ ਗੁਜਰਾਂ ਦੀ ਇੱਕ ਬਜ਼ੁਰਗ ਪਿਆਰਾ ਸਿੰਘ ਵੀ ਸਾਡੇ ਨਾਲ ਇਸ ਵਕਤ ਜੁੜੇ ਨੇ, ਜਿਨ੍ਹਾਂ ਦਾ ਜਿਹੜਾ ਇੱਕ ਲੜਕਾ ਇਸ ਵਕਤ ਲੁਧਿਆਣਾ ਜੇਲ੍ਹ ਦੇ ਵਿੱਚ ਆ, ਤੇ ਇਹਨਾਂ ਦੇ ਗੱਲ ਕਰਦੇ ਆ। ਕਿੰਨੀ ਜ਼ਮੀਨ ਹੈ ਜੀ ਤੁਹਾਡੇ ਕੋਲ? 1 ਕਿੱਲਾ ਜੀ। ਕੀ ਕਰਦੇ ਜੀ ਉੱਥੇ? ਉਹ ਕਣਕ ਬੀਜਣੀ ਆ, ਪੱਠੇ ਮੱਕੀ ਬੀਜਣੀ ਆ, ਹੋਰ ਕੀ ਬੀਜਣਾ। ਹਾਂਜੀ ਬਸ। ਤੇ ਗੁਜ਼ਾਰਾ ਜਿਵੇਂ ਕਿ ਕਰਦੇ ਇਹਦੇ ਨਾਲ ਕਰਦੇ ਜਾਂ ਕੋਈ ਹੋਰ ਕਰਦੇ? ਹੋਰ ਚੀਜ਼ ਹੀ ਕੋਈ, ਮੈਂ ਉਹਦੇ ਨਾਲ ਠੇਕਾ ਠੁਕਾ ਲੈ ਗੁਜ਼ਾਰਾ ਕਰਨਾ। ਇਹ ਪੁੱਤਰ ਨੇ, ਇਹ ਅੱਡ ਨੇ, ਮੇਰੇ ਘਰ ਦੀ ਮਰ ਗਈ ਜੀ। ਕਿੰਨੀ ਉਮਰ ਆ ਤੁਹਾਡੀ? ਮੇਰੀ ਉਮਰ 105 ਸਾਲ ਦੀ ਹੈ। ਤੇ 105 ਸਾਲ ਉਮਰ ਦੇ ਵਿੱਚ ਹੁਣ ਤੁਹਾਡੇ ਕੋਲ ਹੋਰ ਤੋਂ ਬਿਨਾ ਕੀ? ਕੋਈ ਕੋਈ ਸਾਧਨ ਨਹੀਂ, ਜਾਂ ਮੈਨੂੰ ਇੱਕ ਪੈਨਸ਼ਨ ਮਿਲਦੀ ਹੈ, ਬਸ ਹੋਰ ਮੇਰਾ ਕੋਈ ਸਾਧਨ ਨਹੀਂ। ਇਹ ਮੇਰੇ ਪੁੱਤਰ ਨੇ ਕੋਈ, ਉਹ ਆ ਗਿਆ, ਲੈ ਬਾਬਾ ਰੁਪਈਆ ਲੈ ਲੈ, ਇਹ ਆ ਗਿਆ, ਲੈ ਬਾਬਾ ਕੋਈ ਖਾਣਾ। ਮੈਂ ਮੰਗਣ ਵਾਲੀ ਨਾ, ਕਿਸੇ ਟਾਈਮ ਮੈਂ ਸ਼ਾਹੂਕਾਰ ਸੀ, ਹੁਣ ਮੈਂ ਗਰੀਬ ਹਾਂ, ਤੇ ਮੈਂ ਕਹਿਣਾ ਮਿਲ ਗਿਆ। ਹੁਣ ਜ਼ਮੀਨ ਦੇ ਸੰਬੰਧ ਤੁਸੀਂ ਕੀ ਚਾਹੁੰਦੇ ਹੋ, ਕੀ ਮਤਲਬ ਤੁਹਾਡੇ ਬੁਢਾਪੇ ਵੇਲੇ? ਹੁਣ ਜ਼ਮੀਨ ਮਿਲ ਜਾਵੇ ਤੇ ਅਸੀਂ ਆਪਣੀ ਰੋਟੀ ਕਮਾ ਕੇ ਮੇਰੇ ਬੱਚੇ ਖਾਈ ਜਾਣਗੇ, ਠੇਕਾ ਠੁਕਾ ਲੈ ਕੇ, ਜਾਂ ਆਪ ਬੀਜ ਲਾਂਗੇ। ਜੇ ਜ਼ਮੀਨ ਨਾ ਮਿਲੇ ਫਿਰ ਅਸੀਂ ਕਿਤੇ ਜਾਵਾਂਗੇ? ਲੈ ਜਾਓ ਸਾਨੂੰ ਜ਼ਮੀਨ, ਲੈ ਜਾਓ ਕਿੱਲਾ। ਤੇ ਪ੍ਰਸ਼ਾਸਨ ਤੋਂ, ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੁਝ ਦੱਸੋ ਨਾ ਕੀ ਮੰਗਣਾ। ਮੈਂ ਜ਼ਮੀਨ ਲੈ ਦੇਣ, ਹੋਰ ਮੈਂ ਕੀ ਲੈਣਾ? ਪੈਸੇ ਮੈਂ ਲੈਣਾ ਨੀ, ਕਰਜ਼ਾ ਮੈਂ ਲੈਣਾ ਨੀ। ਇਸੇ ਪਿੰਡ ਦੇ ਇੱਕ ਹੋਰ ਬਜ਼ੁਰਗ ਗੁਰਨਾਮ ਸਿੰਘ ਜੁੜੇ ਨੇ, ਜਿਨ੍ਹਾਂ ਦੇ ਕੋਲ ਮਹਿਜ਼ 1/2 ਕਿੱਲਾ ਜਿਹੜਾ ਜ਼ਮੀਨ ਸੀ, ਜਿਸ ਵਿੱਚੋਂ ਇਹ ਖੇਤੀ ਕਰਕੇ ਆਪਣੇ ਪਸ਼ੂ ਪਾਲਦੇ ਸੀ। ਹਾਂਜੀ ਗੁਰਨਾਮ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਤੁਹਾਡੇ ਕੋਲ ਕਿੰਨੀ ਜ਼ਮੀਨ ਸੀ? ਮੈਂ ਤਾਂ ਜੀ ਇਹੀ ਗੱਲ ਹੀ ਕਹਿਣਾ ਚਾਹੁੰਦਾ ਕਿ ਜੇ ਸਾਨੂੰ ਇਹ ਜ਼ਮੀਨ ਦਾ ਹੁਣ, ਜੇ ਸਰਕਾਰ ਨਹੀਂ ਸਾਨੂੰ ਜ਼ਮੀਨ ਦਿੰਦੀ ਤਾਂ ਇਹਦਾ ਸਾਨੂੰ ਅਸਲੀ ਮੁਆਵਜ਼ਾ ਦਿੱਤਾ ਜਾਵੇ, ਅਸੀਂ ਆਪਣਾ ਕੋਈ ਗੁਜ਼ਾਰਾ ਕਰ ਸਕੀਏ, ਕੋਈ ਸਿਸਟਮ ਬਣਾ ਕੇ। ਮੈਂ ਤਾਂ ਇਹੀ ਗੱਲ ਹੀ ਕਹਿਣਾ ਚਾਹੁੰਦਾ। ਕਿੰਨੀ ਜਿਹੜੀ ਜ਼ਮੀਨ ਸੀ ਤੇ ਕੀ ਬੀਜਦੇ ਸੀ ਵਿੱਚ? ਉਹਦੇ ਵਿੱਚ ਬੀਜਦੇ ਸੀ ਪੱਠੇ ਮੱਝਾਂ ਵਾਸਤੇ 1/2 ਕਿੱਲਾ ਅਲੱਗ ਅਲੱਗ ਕਰਕੇ ਬੀਜੀ ਜਾਣੇ, ਉਹ ਹੌਲੀ 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 ਨੰਬਰਵਾਰ ਆਈ ਜਾਂਦੇ ਸੀ। ਆ 2 ਮੱਝਾਂ ਰੱਖੀਆਂ ਸੀ, ਉੱਥੇ ਵੀ ਸਾਡਾ ਗੁਜ਼ਾਰਾ ਚੱਲੀ ਜਾਂਦਾ। ਹੁਣ ਜਿਵੇਂ ਜ਼ਮੀਨ ਤਾਂ ਰਹੀ ਨਹੀਂ ਤੇ ਪੱਠੇ ਵੀ ਨਹੀਂ ਰਹੇ, ਤੇ ਹੁਣ? ਹੁਣ ਤਾਂ ਬਸ ਮੱਝਾਂ ਵੇਚਣ ਵਾਲਾ ਹੀ ਕੰਮ ਹੈ, ਟੋਕਾ ਦੇਖ ਲਓ, ਪੱਠੇ ਲਾ ਦਿੱਤੇ ਨੇ, ਹਰ ਚੀਜ਼ ਖਤਮ, ਬੰਦ ਹੈ ਹਰ ਚੀਜ਼ ਬਸ। ਹੁਣ ਤਾਂ ਇੱਥੋਂ ਜਾਂ ਪਿੰਡ ਛੱਡਾਂਗੇ ਤੇ ਜਾਂ ਆਪਣਾ ਕੰਮ ਛੱਡਾਂਗੇ। ਕਿੰਨੇ ਜਣੇ ਗੁਜ਼ਾਰਾ ਕਰਦੇ ਨੇ ਇਸ ਜ਼ਮੀਨ ਤੋਂ ਗੁਜ਼ਾਰਾ ਕਰਦੇ? ਇਹਦੇ ਵਿੱਚ ਅਸੀਂ ਕੋਈ 5-6 ਮੈਂਬਰ ਇਸੇ ਘਰ ਦੇ, 7 ਤਰੀਕ ਕਰਦੇ ਹਾਂ ਗੁਜ਼ਾਰਾ, ਬਾਕੀ ਮੁੰਡੇ ਸਾਡੇ ਗ੍ਰੰਥੀ ਨੇ, ਦੋ ਉਹ ਬਾਹਰ ਡਿਊਟੀਆਂ ਕਰਦੇ ਨੇ। ਠੀਕ। ਇਹ ਕਿੰਨੀ ਜ਼ਮੀਨ ਸੀਗੀ ਤੁਹਾਡੀ? 10 ਕਿੱਲਾ ਹੀ ਆ ਸਾਡੇ ਕੋਲ ਭਾਈ। ਤੇ ਕੀ ਬੀਜਦੇ ਸੀ ਤੁਸੀਂ ਉਹ 'ਚ? ਕਣਕ ਹੀ ਬੀਜਦੇ, ਹੋਰ ਤਾਂ ਕੁਛ ਨਹੀਂ ਬੀਜਦੇ। ਤੇ ਤੁਹਾਡੇ ਹੁਣ ਕੋਈ ਤੁਹਾਡਾ ਵੀ ਉਹ 'ਚ ਹੈਗਾ ਜੀ ਅੰਦਰ? ਜਿਹੜੇ ਹਾਂਜੀ ਹੈਗਾ ਮੇਰਾ ਘਰ। ਅੱਛਾ ਜੀ, ਤੇ ਹੁਣ ਤੁਸੀਂ ਕਿੱਦਾਂ ਗੁਜ਼ਾਰਾ ਕਰੋਗੇ? ਉਹ ਤਾਂ ਭਾਜੀ ਹੁਣ ਕਰਨਾ ਹੀ ਪੈਣਾ, ਕੀ ਕਰੀਏ। ਤੇ ਕਿੰਨੇ ਬੱਚੇ ਨੇ ਤੁਹਾਡੇ? ਬੱਚੇ ਮੇਰੇ ਦੋਨੇ ਮੁੰਡੇ ਆ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਰਿਪੋਰਟ।